ਨਾ ਸਿਲਿੰਡਰ ਚ ਹੈਗਾ ਗੈਸ, ਅਸੀਂ ਜੇ ਨਾ ਇੱਥੇ ਬਾਹਰ ਬਣਾਉਂਦੇ ਹਾਂ, ਕਿਉਂਕਿ ਉਹਨਾਂ ਨੇ ਜੇ ਨਾ ਪਿਆਜ਼ ਪੂਜ ਜੇ ਨਾ ਸਾਡੇ ਜੇ ਨਾ ਮਹਿਮਾਨ ਹੈਗੇ, ਕਿਉਂਕਿ ਤੁਹਾਨੂੰ ਜਿਸ ਤਰ੍ਹਾਂ ਪਤਾ ਹੈਗਾ ਵੱਡੀ ਸਿਸਟਰ ਵੀ ਆਈ ਹੋਈ ਹੈ, ਕੁਛ ਹੋਰ ਮਹਿਮਾਨ ਆ, ਮੈਂ ਖਾ ਜੇ ਨਾ ਰੋਟੀ ਅਸੀਂ ਉਹਨਾਂ ਜੇ ਨਾ ਬਣਾ ਲੈਂਦੇ ਹਾਂ, ਪਿਆਜ਼ ਅਤੇ ਹਰੀਆਂ ਮਿਰਚਾਂ ਟਮਾਟਰ ਜੇ ਨਾ ਪਾ ਦਿੱਤੇ ਨੇ, ਹੁਣ ਜੇ ਨਾ ਗੋਸ਼ਤ ਉਹ ਵਾਲੇ ਜੇ ਨਾ ਪਾ ਦੇ ਕੇ ਕਿਲੋ ਜੇ ਨਾ ਗੋਸ਼ਤ ਲੈ ਆਇਆ ਜਾਂ ਫਿਰ ਲਈ ਉਹ ਵਾਲੇ ਜੇ ਨਾ ਵਿੱਚ ਪਾਉਂਦੇ ਹਾਂ ਅਤੇ ਇਹਨੂੰ ਅੱਛੇ ਤਰੀਕੇ ਜੇ ਨਾ ਪੁਣ ਲੈਂਦੇ ਹਾਂ ਅਤੇ ਪੁਣ ਕੇ ਤਾਂ ਉਸ ਤੋਂ ਬਾਅਦ ਜੇ ਨਾ ਪਾਣੀ ਲਾਵਾਂਗੇ। ਕੜਾਹੀ ਸਵੇਰਾ ਰੂਹ ਨੇ ਛੋਟੀ ਰੱਖੀ ਹੈ, ਪੋਣਾ ਕੀ ਦਿੰਦੇ ਪਏ ਸਵੇਰਾ ਜੇ ਨਾ ਆਟਾ ਗੁੰਨ ਰਹੀ ਹੈ, ਆਟਾ ਗੁੰਨ ਲੈਂਦੀ ਫਿਰ ਦਿਨ ਮੈਂ ਤੰਦੂਰ ਕੋਲ ਬਾਲਣੀਆਂ ਰੋਟੀਆਂ ਦੇ ਨਾ ਉਬਾਲੀਆਂ ਲਾਵਾਂਗੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਸੁਭਾ ਜਾਂ ਫਿਰ ਮੰਮਾ ਸਾਹਿਬ ਜੇ ਨਾ ਗਏ ਹੋਏ ਹਾਂ ਲੈ ਚੀਨੀ, ਉਦੋਂ ਹੀ ਜਿਹੜਾ ਨਾ ਗੋਸ਼ਤ ਲੈ ਕੇ ਆਏ ਨੇ, ਸਵੇਰਾ ਘੈਰੀ ਮੈਨੂੰ ਜਿਹੜਾ ਪਤਾ ਨਹੀਂ ਚੱਲਿਆ ਵੱਡੀ ਕੜਾਹੀ ਚੁੱਕਣੀ ਹੈ, ਚਲੋ ਮੈਂ ਕਿਹਾ ਉਹਨੇ ਜਿਹੜਾ ਬਣਾ ਲੈਂਦੀ ਉਹ ਨਮਕ ਦੇ ਸਵੇਰਾ ਜਿਹੜਾ ਅੱਧੇ ਬਹਿ ਕੇ ਜਿਹੜਾ ਆਟਾ ਗੁੰਨ ਰਹੀ ਮੈਂ ਜਿਹੜਾ ਨਾ ਚਲੀ ਗਈ ਆ ਸੂਰ ਦੂਸਰਾ ਸਾਹਮਣੇ ਚਾਹ ਕੇ ਚ, ਕਿਉਂਕਿ ਜਿਸ ਤਰ੍ਹਾਂ ਬੰਦ ਦੱਸਿਆ ਹੈਗਾ ਸਰਾਣਿਆਂ ਦੇ ਕਬਰਾਂ ਦਾ ਪਤਾ ਕਰੇ, ਅਤੇ ਪਿੱਛੋਂ ਜਿਹੜਾ ਉਹਨਾਂ ਨੇ ਆਪ ਹੈ ਜਿਹੜਾ ਆਂਢੀ ਰੋਟੀ ਕਰਦੀਆਂ ਹੋਈਆਂ ਮੈਂ ਚੱਲ ਜਿਹੜਾ ਮੈਂ ਤੁਹਾਨੂੰ ਨੇ ਕਿਹਾ ਵੀ ਤੁਸੀਂ ਜਿਹੜਾ ਮਸਾਲਾ ਮਸੂਲਾ ਬਣਾ ਰੱਖਿਆ, ਮੇਰੀ ਤਾਂ ਲੈ ਗਈ ਸੀ ਵੀ ਦੇਸੀ ਆਂਢੀ 'ਚ ਬਣਾਵਾਂਗੇ, ਲੇਕਿਨ ਉਹਨਾਂ ਨੇ ਜਿਹੜਾ ਗੈਸ 'ਤੇ ਰੱਖਿਆ ਵਾ, ਚਲੋ ਕੋਈ ਨਹੀਂ ਉਹਨੇ ਇੱਥੇ ਜਿਹੜਾ ਬਣਾ ਲੈਂਦੇ, ਕਿਉਂਕਿ ਜਿਹੜਾ ਜ਼ਾਇਕਾ ਦਾ ਹੁੰਦਾ ਨਾ ਦੇਸੀ ਆਂਢੀ ਦਾ ਜੋ ਵੀ ਸਾਲਣ ਬਣਿਆ ਉਹਦਾ ਜਿਹੜਾ ਜ਼ਾਇਕਾ ਥੋੜ੍ਹਾ ਜਿਹਾ ਅਲੱਗ ਹੁੰਦਾ, ਬਹੁਤ ਜ਼ਿਆਦਾ ਜਿਹੜਾ ਮਜ਼ੇਦਾਰ ਜਿਹੜਾ ਆਂਢੀ ਬਣਦੀ, ਅਤੇ ਗੈਸ ਤਾਂ ਦਨ ਬਹਿਣਾ ਬਾਈ ਨੂੰ ਪਤਾ ਗੈਸ ਤੋਂ ਉਹ ਵਾਲਾ ਜਿਹੜਾ ਜ਼ਾਇਕਾ ਬਿਲਕੁਲ ਨਹੀਂ ਹੁੰਦਾ। ਹੁਣ ਜਿੰਨਾ ਕੋਈ ਡੱਕ ਦਿੰਦੇ ਹਾਂ ਪਾਣੀ ਪੂਣੀ ਛੱਡੇਗਾ ਆਪਣਾ, ਫਿਰ ਜਿੰਨਾ ਬੋਨੀ ਅੱਛੇ ਤਰੀਕੇ ਆਵੇਗੀ ਨਾ ਦੁਬਾਰਾ ਫਿਰ ਜਿੰਨਾ ਪਾਣੀ ਲਾਵਾਂਗੇ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ ਮੇਰੇ ਪਿਆਰੇ ਭੈਣ ਜਾਂ ਮੇਰੇ ਖੁਸ਼ ਰਹੋ ਬਾਦ ਰੋਜ਼ ਮੇਰੇ ਸ਼ਾਂਸ ਦੇ ਬੁਸ ਕਰਾਉਂਦੇ ਰਹੋ ਤਲਮ ਦਿਲਾ, ਮੈਂ ਬਿਲਕੁਲ ਠੀਕ ਠਾਕ ਅੱਜ ਮੈਂ ਕਿੰਨੀ ਕਿ ਮੇਰੇ ਬੜਾ ਬਸਿਨ ਬਿਲਕੁਲ ਠੀਕ ਠਾਕ ਕਰੀਏ ਤੁਹਾਨੂੰ ਸੈਂਸ ਅੱਜ ਵਲਾਗ ਜਿਹੜਾ ਸ਼ੁਰੂ ਕਰਨੇ ਆ, ਮਾਸ਼ਾਅੱਲਾ ਭਾਈ ਆਫਿਸ ਸਾਹਿਬ ਆਇਆ ਉਹਨੇ ਬੱਚੇ ਜਿਹੜਾ ਰੋਟੀ ਸਾਰੇ ਜਿਹੜਾ ਮਾਸ਼ਾਅੱਲਾ ਜਿਹੜਾ ਪੜ ਰਹੇ ਨੇ, ਬਾਕੀ ਭਾਈ ਆਫਿਸ ਸਾਹਿਬ ਕੋਲ ਅੱਜ ਜਿਹੜਾ ਦੁਆ ਕਰਾਉਣ ਲੱਗਿਆ ਭਾਈ ਹਾਜੀ ਤਾਰਿਕ ਮਹਿਮੂਦ ਵਾਸਤੇ, ਕਿਉਂਕਿ ਉਹਨੇ ਕਿਹਾ ਸੀ ਢੇਰ ਸਾਰੀ ਚੌਕੀ ਸਾਰੀ ਬਾਜੀ ਜਿਹੜਾ ਭਾਈ ਆਫਿਸ ਸਾਹਿਬ ਕੋਲ ਦੁਆ ਕਰਾਉਣੀ ਆ, ਬਾਈ ਵਾਸਤੇ ਮੰਗਾ ਰਹੇ ਹਾਂ, ਬਾਕੀ ਜਿੰਨੇ ਕਿ ਭੈਣਾਂ ਬਾਈ ਹੈਗੇ ਨੇ ਉਹਨਾਂ ਸਾਰਿਆਂ ਵਾਸਤੇ ਦੁਆ ਕਰਾ ਰਹੇ ਹਾਂ, ਜਿਨ੍ਹਾਂ ਨੇ ਮਸਜਿਦ ਹਿੱਸਾ ਪਾਇਆ ਸਾਰਿਆਂ ਟੋਟਲੀ ਉਹਨਾਂ ਵਾਸਤੇ, ਜਿੰਨੇ ਕਿ ਹੈਗੇ ਨੇ ਸਾਰੇ ਆਪਾਂ ਮੁਸਲਮਾਨ ਬਾਈ ਹਾਂ ਸਾਡੇ ਵਾਸਤੇ ਹੱਕ ਬਣਦਾ ਸਾਰਿਆਂ ਵਾਸਤੇ ਦੁਆ ਕਰਾਉਣਾ, ਅਤੇ ਬਾਕੀ ਬਾਈ ਹਾਜੀ ਤਾਰਿਕ ਮਹਿਮੂਦ ਦਾ ਜਿਹੜਾ ਨਾਂ ਬਾਈ ਆਫਿਸ ਸਾਹਿਬ ਨੇ ਜਿਹੜਾ ਲਿਖਾ ਦਿੱਤਾ ਹੈਗਾ ਉਹ ਜਿਹੜਾ ਦੁਆ ਕਰਦੇ ਨੇ। بسم الله الرحمن الرحيم الحمد لله رب العالمين الحمد لله رب العالمين الحمد لله رب العالمين
الصلاه والسلام على سيد الانبياء والمرسلين اللهم صل على سيدنا ومولانا محمد وعلى ال سيدنا ومولانا محمد وبارك وسلم سبحان ربك رب العزه عما يصفون وسلام على المرسلين والحمد لله رب العالمين ربنا آتنا في الدنيا حسنة وفي الآخرة حسنة واقنا عذاب النار ربنا تقبل منا إنك أنت السميع العليم وتب علينا إنك أنت التواب الرحيم اے پیارے اللہ کریم تیرے حضور حاضر ہے پیارے اللہ تیری مقدس پاک بارگاہ دے اندر گنہگار ہاتھ اٹھائے نے میرے مالک تو بڑا کریم کرم فرما پیارے اللہ تو بڑا رحیم اللہ رحم فرما اے پیارے اللہ دی توفیق فرما اللہ جتنے بچے قرآن پاک پڑھتے پے نے سب بچوں کو قرآن کا حافظ قاری بنا میرے مالک ہم سب کے لیے دنیا اور آخرت کے لیے اللہ قرآن شفاعت کا ذریعہ بنائے میرے مالک اے پیارے اللہ بیماروں کو شفا دے پیارے اللہ بے روزگاروں کو حلال رزق دے بے اولاداں نیک صالحہ اولاد دے اے پیارے اللہ کریم بیماروں کو شفا دے اللہ بیماروں کو شفا دے بے روزگاروں کو حلال رزق دے بے اولاداں نیک صالحہ اولاد دے پیارے اللہ سب دے کاروبار وچ مار جان وچ عمر وچ رزق دے چمان وچ کرو برکت فرما پیارے اللہ حاجی طارق محمود اللہ کریم انہاں دے خصوصی رحم فرما یا اللہ مسجد پاک دے نال محبت کر رہے نے اللہ انہاں دی اس محبت نو قبول فرما یا اللہ تیرے مخلوق نال پیار کردے نے میرے مالک حاجی طارق صاحب طارق محمود صاحب تیرے مخلوق نال پیار کردے نے اللہ انہاں دے نال تو پیار فرما میرے مالک تیرے مقدس گھراں دے نال مسجداں دے نال محبت کردے نے اللہ مسجد پاک تے خرچ کردے نے انہاں دی اس محبت نو قبول فرما اللہ حاجی طارق محمود دے رضا کے عمر چلا صحت وچ خیر و برکت فرما آن والیاں تمام پریشانیاں دکھ تکلیفاں پناہ دے پیارے اللہ دنیا تے اپنا محتاج رکھی کسے دا محتاج نہ کر یا اللہ جنہاں بھائیاں بزرگاں نے بھی مسجد پاک دے وچ حصہ پایا ہے مسجد زیر تعمیر ہے بھائی جعفر حسین باقی اور جڑے نے وہ مسجد تعمیر کرا رہے ہیں جنہاں بھی مسجد پاک وچ حصہ پایا ہے اللہ تو بہتر جاننا ہے اللہ سب دی محبت نو اللہ اپنی بارگاہ وچ قبول فرما حاجی طارق محمود اور جو حصہ مسجد پاک واسطے بھیجے ہیں انہوں نے محبت نو قبول فرما اللہ پوری دنیا تے رحم فرما جتھے مسلمان ہیں اللہ سب تے رحم فرما اللہ سنے محبوب کی ساری امت تے رحم فرما اللہ اپنی ساری مخلوق تے رحم فرما سب دیا نیک دعاواں نو اپنی بارگاہ دے اندر قبول فرما یا اللہ دنیا تے اسلام دے نال وابستہ رکھ ਕੱਲ ਦੀਆਂ ਕਾਫੀ ਸਾਰੀਆਂ ਜਿਹੜੀਆਂ ਗੱਟ ਗਈਆਂ ਹੈਗੀਆਂ ਨੇ ਕਿਉਂਕਿ ਜਿਹੜਾ ਪਤਾ ਨਹੀਂ ਹਵਾ ਚੱਲੀ ਆ
ਕਿ ਪਤਾ ਨਹੀਂ ਕੀ ਹੋਇਆ, ਕਾਫੀ ਸਾਰੀਆਂ ਗੜ ਗਈਆਂ ਨੇ। ਜਿਸ ਤਰ੍ਹਾਂ ਆਟਾ ਰੱਖਿਆ ਹੈਗਾ ਸੀ ਨਾ, ਤਾਂ ਮੱਖੀਆਂ ਤੇ ਜਿਹੜੀਆਂ ਨਿਰੀਆਂ ਆ ਜਾਣੀਆਂ ਸੀ, ਬਸ ਇੱਕ ਦੋ ਹੀ ਪਹੁੰਚੀ ਹੋਰ ਜਿਹੜਾ ਕੋਈ ਨਹੀਂ। ਤੇ ਅੱਜ ਸਾਡਾ ਜਿਹੜਾ ਸ਼ਹਿਰੀ ਟਾਈਪ ਦਾ ਜਿਹੜਾ ਖਾਣਾ ਬਣ ਰਿਹਾ, ਕਿਉਂਕਿ ਬਾਹਰ ਅਰੂਜ ਫਾਤਮਾ ਸਵੇਰਾ ਨੇ ਜਿਹੜਾ ਸਿਲੰਡਰ ਰੱਖਿਆ ਹੋਇਆ, ਅੱਲਾ ਕਰੇ ਜਿਹੜਾ ਬਣ ਜਾਵੇ ਸਾਲਣ, ਕਿਉਂਕਿ ਬਿਲਕੁਲ ਜਿਹੜਾ ਤੁਹਾਨੂੰ ਦਿਖਾ ਦੇ ਕਾਫੀ ਸਾਰਾ ਜਿਹੜਾ ਹਲਕਾ ਜਿਹਾ ਹੋਇਆ ਪਿਆ, ਥੋੜ੍ਹਾ ਬਹੁਤ ਆਇਆ ਸਹੀ। ਅਤੇ ਮੈਂ ਕਿਹਾ ਉਹ ਨੋ ਜਿਹੜਾ ਖਤਮ ਹੀ ਨੋ ਕਹਿ ਰਹੀਆਂ, ਨਹੀਂ ਅੰਮੀ ਜਿਹੜਾ ਅਸੀਂ ਦੇਖਿਆ ਅੱਜ ਵਿੱਚ ਜਿਹੜਾ ਹੈਗਾ ਪਾਲ ਉੱਤੇ ਪਾਲ ਅਰੂਜ ਫਾਤਮਾ ਜਿਹੜਾ ਲੈ ਕੇ ਆ ਗਿਆ ਚੰਗੇਰ ਪਾਉਣਾ, ਉੱਤੇ ਜਿਹੜਾ ਛੰਡ ਕੇ ਪਾ ਦੇ। ਮੈਂ ਕੋਲ ਜਿਹੜਾ ਹੁਣ ਬਾਲਣ ਜਿਹੜਾ ਉਹ ਵਾਲਾ ਬਾਲ, ਕਿਉਂਕਿ ਜਿਹੜਾ ਟਾਂਟ ਹਜੇ ਥੋੜ੍ਹੀ ਕਾਫੀ ਸਾਰੀ ਗਿੱਲੀ ਹੈਗੀ ਆ, ਕੋਈ ਲੱਕੜਾਂ ਕੋਈ ਥੋੜ੍ਹੀਆਂ ਬਹੁਤੀਆਂ ਥਾਪੀਆਂ ਨਾਲ ਜਿਹੜਾ ਪਾਣੀਆਂ ਪਾਉਣੀਆਂ ਤਾਂ ਹੀ ਤੰਦੂਰ ਜਿਹੜਾ ਥੋੜ੍ਹਾ ਜਿਹਾ ਰੱਤਾ ਉਸੇ ਰੋਟੀਆਂ ਜਿਹੜਾ ਬਣ ਜਾਸੇ, ਨਾਲ ਥੋੜ੍ਹੀਆਂ ਥਾਪੀਆਂ ਪਾ ਦਿੰਦੇ ਹਾਂ, ਥੋੜ੍ਹੀਆਂ ਦੋ ਤਿੰਨ ਲੱਕੜਾਂ ਪਾ ਦਿੰਦੇ ਹਾਂ, ਅਤੇ ਬਾਲਣ ਪਾ ਕੇ ਫਿਰ ਜਿਹੜਾ ਰੋਟੀਆਂ ਇਨਸ਼ਾਅੱਲਾ ਲਾਉਂਦੇ ਹਾਂ। ਪਹਿਲਾਂ ਜਿਹੜੇ ਲਾ ਲਵਾਂ, ਇੱਕ ਤਾਂ ਕੀ ਕਰਾਂ ਮੁੱਠੀ ਦਾ ਜਿਹੜਾ ਯਾਦ ਹੀ ਬੋਲ ਜਾਂਦੀ ਆ, ਦੂਸਰਾ ਤੀਸਰਾ ਦਿਨ ਹੈਗੀ ਆ ਟੁੱਟੀ ਹੋਈ ਆ, ਅਤੇ ਬਿਲਕੁਲ ਜਿਹੜਾ ਐਂ ਜ਼ਿਹਨ ਤੁਸੀਂ ਜਦੋਂ ਜਿਹੜਾ ਸਮਾਂ ਦੁਪਹਿਰ ਦਾ ਟਾਈਮ ਤਾਂ ਹੀ ਦਿਲ ਹੀ ਨਹੀਂ ਕਰਦਾ ਕਿਸੇ ਕੰਮ ਕਰਨ 'ਤੇ, ਬਸ ਜਿਹੜਾ ਬੰਦਾ ਕਹਿੰਦਾ ਆਰਾਮ ਸਕੂਨ ਜਿਹੜਾ ਸੌਂ ਜਾਵਾਂ। ਅੱਬੇ ਵਾਸਤੇ ਆਹ ਜਿਹੜਾ ਤੰਬਾਕੂ ਤੁਹਾਨੂੰ ਦਿਖਾ ਦੇਵਾਂ, ਸਿਸਟਰ ਦਾ ਜਾਂ ਫਿਰ ਦਾ ਬਹਿਨੋ ਹੀ ਜਿਹੜਾ ਉਹ ਵਾਲਾ ਲੈ ਆਇਆ, ਕਿਉਂਕਿ ਉਹਦਾ ਜਿਹੜਾ ਚਾਚੂ ਲੱਗਦਾ ਅਤੇ ਉਹਨਾਂ ਨੇ ਆਪ ਜਿਹੜਾ ਲਿਆ ਹੈਗਾ ਸੀ, ਤਾਂ ਉਹਨੇ ਉਹਦੇ ਵਾਸਤੇ ਜਿਹੜਾ ਅੱਬੇ ਜੀ ਵਾਸਤੇ ਜਿਹੜਾ ਤੰਬਾਕੂ ਲੈ ਆਉਣੇ ਇੱਥੇ ਜਿਹੜਾ ਖੁਸ਼ ਹੋਣ ਵਾਸਤੇ ਜਿਹੜਾ ਰੱਖਿਆ ਹੋਇਆ ਤੰਬਾਕੂ ਉਹ ਹੈਗਾ, ਇਸਦੇ ਨਾਲ ਅੱਬੇ ਨੂੰ ਜਿਹੜਾ ਵਿੱਚ ਪਾ ਕੇ ਜਿਹੜਾ ਉੱਕਾ ਵਿਖਾ ਕੇ ਜਿਹੜਾ ਦਿੰਦੇ ਆ ਉਹ ਵਾਲਾ, ਜਾਂ ਫਿਰ ਲਈ ਪਹੁੰਚਿਆ ਜਾਂ ਫਿਰ ਲਈ ਦੀਦੀ ਤਾਂ ਮੈਨੂੰ ਪਤਾ ਹੀ ਨਹੀਂ ਲੱਗਾ ਜਿਹੜੀ ਕਾਲ ਉੱਤੇ ਕਣੀਆਂ ਪੈ ਗਈਆਂ। ਕੋਈ ਨਹੀਂ, ਸਵੇਰਾਂ ਨੂੰ ਚੁੱਕ ਕੇ ਰੱਖ ਦਿੱਤਾ। ਹਾਂ ਨਹੀਂ ਉਹ ਅੱਜ ਉਹਨੇ ਪਾਇਆ ਬਾਹਰ, ਫਿਰ ਨਹੀਂ ਸਵੇਰਾ ਹੋਰਾਂ ਨੇ ਰੱਖ ਦਿੱਤਾ। ਮੈਨੂੰ ਤਾਂ ਬੜੀ ਖੁਸ਼ ਖਬਰੀ ਮਿਲੀ ਵੀ ਅੱਬੇ ਦਾ ਜਿਹੜਾ, ਹਾਂ ਅੱਗੇ ਕਹਿ ਰਹੀਆਂ ਮੈਂ ਕਿਹਾ ਉਹਦੇ ਭਤੀਜੇ ਨੇ ਜਿਹੜਾ ਲਿਆ ਕੇ ਆਪਦੇ ਚਾਚੂ ਨੂੰ ਦਿੱਤਾ ਅਤੇ ਉਹਨੇ ਅੰਦਰ ਰੱਖ ਦਿੱਤਾ, ਅੱਜ ਸਵੇਰਾ ਦੁਬਾਰਾ ਫਿਰ ਜਿਹੜੇ ਇੱਥੇ ਪਾਇਆ। ਹਾਂਜੀ ਹਾਂ ਉਹਦੇ ਜਿਹੜਾ ਅੱਬੇ ਹੋਰਾਂ ਫਿਰ ਜਿਹੜਾ ਕਮਰੇ ਦੇ ਅੰਦਰ ਜਿਹੜਾ ਰੱਖ ਦੇਵਾਂਗੇ ਜਿਹੜੇ ਬਿੱਲੋ ਹੋਰਾਂ ਦੇ ਨਾਲ ਹੈਗਾ। ਮੈਂ ਹੁਣ ਤੰਦੂਰ ਬਾਲਣ ਪਾ ਲਵਾਂ ਫਿਰ ਜਿਹੜੀਆਂ ਰੋਟੀਆਂ, ਜਾਂ ਫਿਰ ਦੀ ਅੱਖ ਦੀ ਬੜੀ ਵੱਡੀ ਖੁਸ਼ ਖਬਰੀ ਹੈਗੀ ਰੱਤੀ ਤਾਂ ਹੈ ਥੋੜੀ ਬਹੁਤ ਕਾਫੀ ਸਾਰਾ ਫਰਕ ਮੈਨੂੰ ਤਕਲੀਫ ਕੋਈ ਨਹੀਂ। ਜਾਂ ਫਿਰ ਅਲੀ ਕਹਿ ਰਿਹਾ ਰਾਤ ਨੂੰ ਸਮਝ ਲਓ ਅੱਧੀ ਰਾਤ ਇੱਕ ਰਹਿ ਗਈ ਸੀ ਬਾਅਦ ਵਿੱਚ, ਮੈਨੂੰ ਜਿਹੜਾ ਨੀਂਦ ਆ ਗਈ ਤੇ ਮੈਨੂੰ ਪਤਾ ਹੀ ਕੋਈ ਚੱਲਿਆ ਆਪੇ ਜਿਹੜਾ ਪਤਾ ਨੀ ਉਹ ਰਾਤੀ ਜਿਹੜਾ ਨਸ਼ੇ ਦੀਆਂ ਕੀ ਵਜ੍ਹਾ ਮੈਨੂੰ ਜਿਹੜਾ ਨੀਂਦ ਆ ਗਈ ਤੇ ਉਸ ਤੋਂ ਬਾਅਦ ਨਹੀਂ ਨਸ਼ੇ ਦੀਆਂ ਕਈ ਹੋਣੀਆਂ ਜਾਂ ਫਿਰ ਅਲੀ ਉਹ ਜੋ ਬੰਦਾ ਜਿਹੜਾ ਉਹ ਜ਼ਖਮ ਸਕੂਨ ਦੇਵਣ ਵਾਸਤੇ ਜੋ ਚੀਜ਼ ਵੀ ਹੁੰਦੀ ਆ ਡਾਕਟਰ ਜੇ ਉਹ ਚੀਜ਼ ਦਿੰਦੇ ਨੇ ਉਹ ਸਕੂਨ ਵਾਸਤੇ ਦਿੰਦੇ ਨੇ, ਮੇਰੇ ਜਿਹੜਾ ਸਕੂਨ ਆ ਜਾਵੇ ਚਲੋ ਅੱਲਾ ਦਾ ਸ਼ੁਕਰ। ਹਾਂ ਤੂੰ ਗੱਟਾ ਜਿਹਾ ਥੋੜਾ ਬਹੁਤ ਲਾਹਣ ਵਾਲਾ ਉਂਝ ਤਾਂ ਕੱਲ੍ਹ ਦੀ ਬਾਰਾਸ਼ ਨਾ ਜਾ ਫਿਰ ਅਲੀ ਫਿਰ ਵੀ ਦੇਣ ਤੇ ਬੱਦਲ ਜਿਹੜਾ ਹੁਣ ਮੁੜ ਉਵੇਂ ਜਿਹੜਾ ਕੱਲ੍ਹ ਵਾਲਾ ਟਾਈਮ ਹੋ ਗਿਆ ਆ ਜਾ ਸਵੇਰਾ ਹੀ ਜਿਹੜਾ ਆ ਗਈ ਜਾ ਲੱਕੜਾ ਮੁੜ ਚੁੱਕ ਲੈ ਤੰਦੂਰੇ ਬਾਲਣ ਪਾ ਲਈ ਉਹ ਪਈਆਂ ਨੂੰ ਉੱਥੋਂ ਕੋਈ ਥਾਪੀਆਂ ਜਿਹੜਾ ਉਹ ਵਾਲੀਆਂ ਵਿੱਚ ਪਾ ਦਿੰਦੇ ਅਤੇ ਤੁਹਾਨੂੰ ਹਾਂ ਉਹ ਹੀ ਮੈਂ ਦੱਸ ਰਹੀ ਹਾਂ ਵੀ ਜਿਹੜਾ ਸੁੱਡੇ ਅਸੀਂ ਸਦਨੇ ਹਾਂ ਜਾਂ ਫਿਰ ਲਈ ਹੁਣ ਸੁੱਡੇ ਸਾਦ ਰਿਹਾ ਮੈਂ ਜਿਹੜਾ ਟਾਂਡ ਸੱਦੀ ਆ ਅਸੀਂ ਜਿਹੜੇ ਇਵੇਂ ਹਾਂ ਉਹਨਾਂ ਨੂੰ ਸੁੱਡੇ ਕਹਿ ਦਿੰਦੇ ਹਾਂ ਵੀ ਮੱਝਾਂ ਦੇ ਵਾਫੇ ਰੋਕ ਜਿਹਨੂੰ ਬਾਕੀ ਤਾਂ ਉਹਨਾਂ ਸੁੱਡੇ ਕਹਿੰਦੇ ਉਹ ਵਾਲੇ ਅਜੇ ਤਾਂ ਗਿੱਲੇ ਨੇ ਇਹ ਮੁੱਠੀ ਅੱਗੇ ਆਉਂਦੀ ਪਈ ਆ ਜਾਂ ਫਿਰ ਅਲੀ ਮੈਂ ਭੈਣਾਂ ਬਾਈਆਂ ਨੂੰ ਕੀ ਕਰਾਂ ਦੁਪਹਿਰ ਟਾਈਮ ਸਮੂਲ ਜਿਹੜਾ ਜ਼ਿਹਨ ਤੂੰ ਲੈ ਜਾਂਦੀ ਆ ਨਹੀਂ ਪਾਣੀ ਪਾ ਜਾਣਾ ਨਹੀਂ ਸੁਬਾਹ ਨੂੰ ਇਨਸ਼ਾਅੱਲਾ ਜਿਹੜਾ ਕਿਉਂਕਿ ਮਿੱਟੀ ਤਾਂ ਪਈ ਹੈ ਗੁੰਮੀ ਹੋਈ ਧੁੰਦੇ 'ਚ ਜਿਹੜਾ ਲਾ ਦਿੰਦੇ ਹਾਂ ਬਾਕੀ ਮੱਕੀਆਂ ਜਿਹੜਾ ਹੁਣ ਖੁਸ਼ਕ ਹੋਣੀਆਂ ਸ਼ੁਰੂ ਹੋ ਗਈਆਂ ਥੋੜ੍ਹੀਆਂ ਬਹੁਤੀਆਂ ਹਰੀਆਂ ਹਰੀਆਂ ਹੈਗੀਆਂ ਨੇ ਅਤੇ ਪਿੰਡ ਦਾ ਥੋੜ੍ਹਾ ਬਹੁਤਾ ਅਤੇ ਬੱਦਲ ਜਿਹੜਾ ਇਹ ਸਾਈਡ ਲਿਆ ਸਵੇਰਾ ਜਲਦੀ ਜਲਦੀ ਕਰ ਮਾਸ਼ਾਅੱਲਾ ਮੱਝਾਂ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਨੇ ਉਹ ਛੋਟਾ ਜਿਹਾ ਬੱਚਾ ਹੈਗਾ ਉਹ ਜਿਹੜਾ ਪਿਲਾਸ ਮੱਝਾਂ
ਥੱਲੇ ਜਾਵੀਂ ਜਾ ਫਿਰ ਇੱਕ ਆਵਾਜ਼ ਮਾਰਤਾ ਮੱਝਾਂ ਜਿਹੜੇ ਨਾ ਪਿਲਾ ਕੇ ਲੈ ਕੇ ਜਿਹੜੇ ਨਾ ਜਾ ਰਹੇ ਮਾਸ਼ਾਅੱਲਾ ਕਿੰਨਾ ਪਿਆਰਾ ਜਿਹੜੇ ਨਾ ਪਿੰਡ ਲੱਗ ਰਿਹਾ ਉਹ ਸਾਡਾ ਕੁੱਤਾ ਕਹਿੰਦਾ ਸ਼ਾਇਦ ਅਲੀ ਜਿਹੜੇ ਨਾ ਕਿਸੇ ਛੋਟਾ ਜਿਹਾ ਬੱਚਾ ਜਿਹੜੇ ਨਾ ਵਿੱਚ ਮੱਝਾਂ ਦੇ ਨਾਲ ਨਾ ਰਿਹਾ ਅਤੇ ਨਹਿਰੇ 'ਚ ਪਾਣੀ ਅੱਜ ਕਾਫੀ ਸਾਰਾ ਇਹਦਾ ਸਾਹਮਣੇ ਬਿਜਲੀ ਚੱਲੀ ਹੋਈ ਆ ਆਵਾਮ ਹਜੇ ਥੋੜ੍ਹੀ ਜਿਹੜੇ ਨਾ ਦੋ ਕਿਉਂਕਿ ਜਿਹੜੇ ਨਾ ਹਵਾ ਜਿਹੜੇ ਨਾ ਜਿਸ ਤਰ੍ਹਾਂ ਤੁਸੀਂ ਆ ਵੇਖ ਸਕਦੇ ਰੁਕੀ ਖਲੋਤੀ ਆ ਅਤੇ ਇਸ ਤਰ੍ਹਾਂ ਜਿਹੜੇ ਨਾ ਗੁੰਮ ਜੀ ਬਣੀ ਖਲੋਤੀ ਜਿਵੇਂ ਹੀ ਹਵਾ ਮੇਰੇ ਖਿਆਲ ਅੰਧੇਰੀ ਆਊ ਕਿਉਂਕਿ ਇਹ ਸਾਈਡਲ ਜਿਹੜੇ ਨਾ ਹਵਾ ਜੀ ਹੁਣ ਪਿਆਰੀ ਪਿਆਰੀ ਜਿਹੜੇ ਨਾ ਲੱਗੀ ਦਿਨ ਬਿਲਕੁਲ ਜਿਹੜੇ ਨਾ ਗਰੂਬ ਹੋਣ ਵਾਲਾ ਇੱਥੇ ਬਾਈ ਆਪਣੀਆਂ ਮੱਝਾਂ ਮੁੱਝਾਂ ਵਾਲੇ ਜਿਹੜੇ ਨਾ ਬੈਠੇ ਹੋਏ ਨੇ ਜਿਹੜਾ ਉਹ ਅੱਬੇ ਜੀ ਹੋਰਾਂ ਨੂੰ ਚਲਾ ਗਿਆ ਅਤੇ ਹੋਰ ਮੈਨੂੰ ਬਿਲਕੁਲ ਜਿਹੜੇ ਨਾ ਯਾਦ ਹੀ ਕੋਈ ਨਹੀਂ ਸੀ ਉਹ ਗੱਲ ਕਿਉਂਕਿ ਤਾਰ ਜਿਹੜੇ ਨਾ ਤੁਹਾਨੂੰ ਜਿਸ ਤਰ੍ਹਾਂ ਬਹਿਣਾ ਬਾਈ ਨੂੰ ਪਤਾ ਕੱਲ੍ਹ ਦੀ ਸਾਡੀ ਜਿਹੜੇ ਨਾ ਟੁੱਟੀ ਹੋਈ ਅਤੇ ਐਨ ਜਿਹੜਾ ਨਾ ਹੁਣ ਯਾਦ ਆਇਆ ਸਭ ਤੋਂ ਪਹਿਲਾਂ ਜਿਹੜੇ ਨਾ ਮੰਮਾ ਸਹਿਨ ਉਹਦੇ ਲਈ ਕੀਤੇ ਆ ਕਾਲ ਅੱਛਾ ਫਿਰ ਮੈਂ ਉਹਦੇ ਘਰੇ ਜਾਂਦੀ ਹਾਂ ਤੁਹਾਨੂੰ ਜਿਹੜੇ ਨਾ ਲੈ ਆਉਂਦੀ ਇਵੇਂ ਹੀ ਕਰਾਂ ਤੁਸੀਂ ਮੁੜ ਦੁਕਾਨ 'ਤੇ ਬਹੁਤ ਰੱਬਾ ਜੀ ਉਹਦੇ ਜਿਹੜੇ ਨਾ ਜਾ ਫਿਰ ਲਈ ਗਿਆ ਅੱਬੇ ਜੀ ਹੋਰਾਂ ਨੇ ਕਿਉਂਕਿ ਉਹਨੂੰ ਪਾਣੀ ਜਾਂ ਕਿੱਧਰ ਜਿਹੜੇ ਨਾ ਜਾਣਾ ਸੁੱਖ ਸ਼ਾਪ 'ਤੇ ਤਾਂ ਪਰ ਜਿਹੜਾ ਉਹ ਉੱਧਰ ਚਲਾ ਗਿਆ ਅਤੇ ਮੈਂ ਜਿਹੜੇ ਨਾ ਫਿਰ ਉਹਨੂੰ ਜਿਹੜਾ ਬਾਈ ਮਿਸਤਰੀ ਵੱਲੇ ਜਾਂਦੀ ਹਾਂ ਕਿਉਂਕਿ ਅੱਜ ਜ਼ਰੂਰੀ ਹੈਗੀ ਆ ਅਗਰ ਹਵਾ ਆਉਂਦੀ ਅੱਜ ਆ ਗਈ ਨਾ ਅਤੇ ਉਹ ਜਿਹੜੇ ਨਾ ਟੋਟਾ ਉੱਥੇ ਅੜਿਆ ਹੋਇਆ ਨਾ ਉਹ ਅਗਰ ਥੱਲੇ ਡਿੱਗਾ ਤਾਂ ਕਿਸੇ ਬੱਚੇ ਨੂੰ ਜਾਂ ਕੋਈ ਨਾ ਕੋਈ ਜਾਨਵਰ ਥੱਲੇ ਹੁੰਦਾ ਸੌ ਮਸਲਾ ਬਣ ਸਕਦਾ ਕਾਫੀ ਸਾਰਾ ਖਤਰਾ ਹੈਗਾ ਇਹ ਵਾਲਾ ਜਿਹੜੇ ਨਾਲ ਦੇ ਨਾਲ ਤਾਂ ਰੂਹ 'ਚ ਫਾਤਮਾ ਹੋ ਰਹੀ ਜਿਹੜੇ ਨਾਲ ਸਵੇਰਾ ਉੱਤੇ ਜਿਹੜੇ ਆਂਡੀ ਉਂਡੀ ਦਾ ਦੇ ਇੰਤਜ਼ਾਮ ਕਰ ਰਹੀਆਂ ਦੂਸਰਾ ਬਾਲਣ ਜਿਹੜੇ ਨਾਲ ਤੰਦੂਰੀ 'ਚ ਪਾ ਰਹੀਆਂ ਮੈਂ ਜਲਦੀ ਨਾ ਬਾਈ ਦਾ ਜਿਹੜੇ ਨਾਲ ਪਤਾ ਕਰ ਆਉਂਦੀ ਹਾਂ ਇਹ ਆ ਕੰਮ ਜਿਹੜੇ ਨਾਲ ਕਰਨਾ ਬਹੁਤ ਜ਼ਰੂਰੀ ਹੈਗਾ ਅਤੇ ਮੀਆਂ ਮਿੱਠੂ ਜਿਹੜੇ ਨਾ ਇੱਥੇ ਮੰਮਾ ਸਹਿਨ ਬਿਠਾ ਦਿੱਤਾ ਹੁਣ ਜਿਹੜੇ ਨਾ ਇੱਥੇ ਆਵਾ ਉਵਾ ਜਿਹੜੇ ਨਾ ਲਾ ਕੇ ਇਸ ਨਾਲ ਜਿਹੜੇ ਨਾ ਜ਼ਿਆਦਾਤਰ ਜਿਹੜੇ ਨਾ ਪੱਖੇ 'ਤੇ ਬੈਠਾ ਰਹੇ ਨਾ ਫਿਰ ਖੁਸ਼ ਨਹੀਂ ਰਹਿੰਦਾ ਇੱਥੇ ਜਿਹੜੇ ਨਾ ਗੱਲਾਂ ਬਾਤਾਂ ਜਿਹੜੇ ਨਾ ਆਪ 'ਚ ਕਰ ਰਹੇ ਹੁੰਦੇ ਵਿਚਾਰਾ ਨਾਲ ਦਾ ਸਾਥੀ ਜਿਹੜੇ ਨਾ ਮਰ ਗਿਆ ਹੈਗਾ ਅਸੀਂ ਇਨਸ਼ਾਅੱਲਾ ਇੱਕ ਜਿਹੜੇ ਨਾ ਹੋਰ ਲੈ ਆਵਾਂਗੇ ਫਿਰ ਦੋ ਹੋਏ ਨਾ ਬੜਾ ਹੀ ਖੁਸ਼ ਖੁਸ਼ ਜਿਹੜੇ ਨਾ ਰਹਿਣਗੇ ਮੈਂ ਹੁਣ ਜਲਦੀ ਨਾ ਚੱਲਦੀ ਹਾਂ ਬਾਈ ਦੇ ਜਿਹੜੇ ਨਾ ਪਤਾ ਕਰ ਰਹੀ ਹਾਂ ਬਿਜਲੀ ਆਏ ਦਾ ਮੰਮਾ ਸਾਹਿਬ ਤੂੰ ਇੱਥੇ ਦੁਕਾਨ 'ਤੇ ਬਹਿਣਾ ਠੀਕ ਹੈ ਨਾ ਹਾਂ ਇੱਥੇ ਤੁਸੀਂ ਜਿਹੜੇ ਨਾ ਬੈਠੋ ਮੈਂ ਹੁਣੇ ਆਉਂਦੀ ਪਈ ਹਾਂ ਸੋਹਣੇ ਅੱਲਾ ਯਾਦ ਕਰਕੇ ਅੱਲਾ ਪਾ ਖੈਰ ਸੁੱਖ ਕਰਕੇ ਨਹੀਂ ਮੈਂ ਉਹਦੇ ਕਰਦੀ ਬਿੱਲੋ ਦੀ ਅੰਮੀ ਖੜੀ ਸੀ ਕਹਿ ਰਹੀ ਹੈ ਵੀ ਇੱਧਰ ਨਾ ਖੜੀ ਚਲੋ ਠੀਕ ਹੋ ਗਿਆ ਇੱਕ ਵਾਰੀ ਫਿਰ ਕਾਲ ਕਰ ਬਲਕਿ ਮੈਂ ਆਪ ਹੀ ਜਾਂਦੀ ਹਾਂ ਮੈਂ ਜਿਹੜੇ ਨਾ ਪਤਾ ਕਰਕੇ ਆਈ ਹਾਂ ਲੇਕਿਨ ਜਿਹੜੇ ਨਾ ਬਾਈ ਹੋਰ ਜਿਹੜੇ ਨਾ ਜਾਂ ਫਿਰ ਨਹੀਂ ਮਿਲੇ ਦੂਸਰਾ ਬਾਈ ਕਹਿ ਰਹੇ ਨੇ ਇੱਧਰ ਕਿੱਧਰੇ ਜਿਹੜੇ ਨਾ ਦਾਨ ਲਾਵਣ ਗਿਆ ਜੇਕਰ ਮਿਲ ਜਾਵੇ ਇੱਥੋਂ ਲੰਘ ਗਿਆ ਤੁਸੀਂ ਹੁਣ ਵੇਖਦੇ ਰਹੇ ਮੈਂ ਜਿਹੜੇ ਨਾ ਰੋਟੀਆਂ ਲਾ ਲਵਾਂ ਹਾਂ ਲਾਜ਼ਮੀ ਤੁਸੀਂ ਜਿਹੜੇ ਨਾ ਵੇਖੀ ਰੱਖਣਾ ਚੱਲ ਮੰਮਾ ਸੈਨ ਆਪਾਂ ਜਿਹੜੇ ਨਾ ਰੋਟੀਆਂ ਮੰਮਾ ਸੈਨ ਵਿਲਾਗ ਬਣਾਵੇਗਾ ਤਾਂ ਮੈਂ ਜਿਹੜੇ ਨਾ ਰੋਟੀਆਂ ਲਾ ਲੈਂਦੀ ਹਾਂ ਅਤੇ ਬਾਹਰ ਲਾਜ਼ਮੀ ਹੁਣ ਥੋੜ੍ਹੀ ਦੇਰ ਨੂੰ ਆਉਣ ਵਾਲਾ ਕਿਉਂਕਿ ਹਾਂਜੀ ਹਾਂ ਦੀ ਤਾਂ ਜ਼ਿਆਦਾ ਮਸਲਾ ਬਣੇਗਾ ਜਾਂ ਫਿਰ ਜੀ ਅਗਰ ਤਾਰ ਉਹ ਨਾ ਅੱਗੇ ਰਾਹ ਗਈ ਸਾਰੀ ਜਿਹੜੇ ਨਾ ਟੋਟਲੀ ਕਰੈਕ ਨਾ ਹੋ ਜਾਵੇ ਖਰਾਬ ਨਾ ਹੋ ਜਾਵੇ ਹੁੰਦਾ ਜ਼ਿਆਦਾ ਉਹ ਹੀ ਤਾਂ ਦੀ ਪਾਰੂ ਕਿਉਂਕਿ ਦੂਸਰੀ ਇਸ ਸਾਈਡ ਵਾਲੇ ਤਾਂ ਖਤਰਾ ਕੋਈ ਨਹੀਂ ਅਤੇ ਉਸ ਜਿਹੜੇ ਸਾਹਮਣੇ ਉੱਥੇ ਜਿਹੜੇ ਨਾ ਕਰੰਟ ਹੈਗਾ ਅਗਰ ਇੱਥੇ ਜਿਹੜੇ ਨਾ ਥੋੜ੍ਹੀ ਹੋਣ ਤਾਂ ਜਿਹੜੇ ਨਾ ਅੜੀ ਖਲੋਤੀ ਆ ਜੇਕਰ ਹਵਾ ਆਈ ਨਾ ਦੋ ਜਗ੍ਹਾ 'ਤੇ ਟਾਂਕੇ ਨੇ ਇੱਕ ਉਹ ਸਾਹਮਣੇ ਹੈਗਾ ਇੱਕ ਇਸ ਸਾਈਡ ਵਾਲੇ ਅਤੇ ਤਾਂ ਦੀ ਪਾਰੂ ਡਰ ਜਿਹਾ ਬੜਾ ਜਿਹੜੇ ਨਾ ਲੱਗ ਰਿਹਾ ਚਲੋ ਹੁਣ ਮੈਂ ਜਾਂਦੀ ਪਈ ਹਾਂ ਜਾ ਫਿਰ ਜਿਹੜੇ ਨਾ ਪਿਆਜ਼ ਪੂਜ ਜਿਹੜੇ ਨਾ ਸਾਫ਼ ਕੀਤੇ ਨੇ ਪਿਆਜ਼ ਆਪਣੇ ਉਂਝ ਹੀ ਮੁੱਕ ਕੇ ਪੈਣ ਚਲੋ ਸ਼ਹਿਰ ਗਏ ਨਾ ਫਿਰ ਜਿਹੜੇ ਦੁਬਾਰਾ ਹੋਰ ਲੈ ਹਾਂ ਐਵੇਂ ਆਹ ਵਾਲਾ ਥੋੜ੍ਹਾ ਜਿਹੜੇ ਨਾ ਲੈ ਆਇਆ ਸੀ ਇਕੱਠਾ ਤਾਂ ਕਾਫੀ ਦਿਨ ਹੋ ਗਏ ਨੇ ਚੱਲ ਮੰਮਾ ਸਾਹਿਬ ਚੱਲੀਏ ਪਤਾ ਨਹੀਂ ਸਵੇਰਾ ਰੂਹ ਜੋ ਲੱਗੀਆਂ ਤੁੱਤੇ ਵਧੀਆ ਚੱਲ ਕੇ ਜਿਹੜੇ ਨਾ ਵੇਖਣੇ ਆ
ਤੰਦੂਰ ਜਿਹੜਾ ਬਲ ਰਿਹਾ ਹੈਗਾ, ਕਹਿ ਰਹੀਆਂ ਨੇ ਮੇਰੀ ਜਿਹੜਾ ਤੰਦੂਰ ਬਾਲ ਦਿੱਤਾ ਹੈਗਾ, ਸਾਲਾਂ ਜਿਹੜਾ ਪਕਾ ਕੇ ਸਵੇਰਾ ਰੂਹ ਨੇ ਜਿਹੜਾ ਉਹ ਵਾਲਾ ਥੱਲੇ ਜਿਹੜਾ ਲੈ ਕੇ ਚਲੀਆਂ ਗਈਆਂ। ਚਲੋ ਉਦਲਾ ਕੰਮ ਹੀ ਹੋ ਗਿਆ, ਸਾਨੂੰ ਜਿਹੜਾ ਟੈਨਸ਼ਨ ਬਣੀ ਰਹੇਗੀ ਹੁਣ ਜਿਹੜਾ ਦੇਖ ਹੀ ਰੱਖਾਂਗੇ, ਕਿਉਂਕਿ ਉਹਨਾਂ ਜਿਹੜਾ ਇਹ ਸੈਡ ਵੱਲ ਮੰਮਾ ਸੈਨਾਣਾ ਇਹ ਸੈਡ ਵੱਲ ਇੱਧਰੋਂ ਖੇਤਾਂ ਦੇ ਵਿੱਚ ਜਿਹੜਾ ਲਾ ਕੇ ਤਾਨ ਇਹ ਸੈਡ ਵੱਲ ਕਿੱਧਰੇ ਜਿਹੜਾ ਲਾਉਂਦੇ ਨੇ, ਕਿਉਂਕਿ ਉਹਨਾਂ ਨੇ ਕਿਹਾ ਵੀ ਇੱਧਰੋਂ ਜਿਹੜਾ ਨਾ ਉਹ ਸਾਹਮਣੇ ਉਸ ਘਰ ਦੇ ਕਹਿ ਰਿਹਾ ਲਾਉਣੇ ਨੇ। ਜਦੋਂ ਯਾਰ ਨੇ ਤੂੰ ਆਪਾਂ ਤੂੰ ਜਿਹੜਾ ਵੇਖ ਹੀ ਰੱਖਾਂਗੇ। ਹਾਂਜੀ ਉਹ ਸਾਹਮਣੇ ਜਿਹੜਾ ਥੋੜ੍ਹਾ ਬਹੁਤ ਐਵੇਂ ਜਿਹੜਾ ਮਹਿਸੂਸ ਹੁੰਦਾ ਵੀ ਹਜੇ ਉੱਥੇ ਜਿਹੜਾ ਕੋਈ ਲਗਾ ਬੰਦਾ, ਕਿਉਂਕਿ ਜਿਹੜਾ ਸਿਰ ਜੇ ਥੋੜ੍ਹੇ ਤੋਂ ਬਹੁਤੇ ਜਿਹੜਾ ਦਿਖਦੇ ਹੈਗੇ ਨੇ। ਚਲੋ ਜਦੋਂ ਹੀ ਆਏ ਨਾ ਵਾਪਸ ਇੱਥੋਂ ਹੀ ਉਹਨਾਂ ਲੰਘਣਾ ਹੈਗਾ, ਉਹਨਾਂ ਨੂੰ ਕਹਾਂਗੇ ਤਾਰ ਦਾ ਮੈਨੂੰ ਕਾਫੀ ਸਾਰਾ ਸਮਾਂ ਨੂੰ ਜਿਹੜਾ ਟੈਨਸ਼ਨ ਹੈ, ਤਾਰ ਲੱਗ ਜਾਵੇ ਫਿਰ ਸਮਾਂ ਨੂੰ ਕੋਈ ਟੈਨਸ਼ਨ ਨਹੀਂ, ਉੱਤੇ ਜਾਣ ਮਸੈਨ ਜਿਹੜਾ ਕਹਿੰਦਾ ਉੱਤੋਂ ਦੰਮੀ ਜਿਹੜਾ ਵਿਲਾਗ ਬਣੀ ਹੋਈ ਨਾ ਕਾਫੀ ਪਿਆਰਾ ਜਿਹੜਾ ਨਜ਼ਰ ਆਉਂਦਾ। ਔਰ ਅੱਜ ਹੀ ਮੈਂ ਉੱਥੇ ਬੈਠ ਕੇ ਜਿਹਨਾਂ ਵਲੋਗਿੰਗ ਕਰ ਰਿਹਾ। ਚਲੋ ਠੀਕ ਹੈ, ਦੋਵਾਂ ਬੰਨੇ ਦਾ ਰਿਹਾ ਹਾਂਜੀ। ਤੇ ਮਾਸ਼ਾਅੱਲਾ ਰੋਟੀਆਂ ਟੋਟਰੇ ਜਿਹੜੀਆਂ ਆ ਜਾ ਮੰਮਾ ਸੈਨ ਤੂੰ ਹੀ ਥੱਲੇ, ਮੰਮਾ ਸੈਨ ਕਹਿ ਰਿਹਾ ਅੰਮੀ ਜੀ ਬੈਠ ਕੇ ਹਵਾ ਲੱਗਦੀ ਸੀ, ਅੱਜ ਆ ਕਰੇ ਨਹੀਂ ਹਵਾ ਬੰਦ ਹੋਈ ਛੋਟੀ ਤੇ ਮੇਰਾ ਆ ਦਾ ਬੜਾ ਬਿਲਕੁਲ ਨਹੀਂ ਜਿਹੜਾ ਨਾ ਬਿਲਕੁਲ ਰੋਟੀਆਂ ਜਿਹੜਾ ਟੋਟਲੀ ਲੱਗ ਗਈਆਂ ਨੇ, ਬਿਜਲੀ ਵਾਲਾ ਆ ਜਾਂਦਾ ਨਾ ਤੇ ਫਿਰ ਜੇ ਸਮਾਂ ਲੋ ਟੈਨਸ਼ਨ ਜਿਹੜੇ ਖਤਮ ਹੋਣੀ ਵੇਖ ਵੀ ਪਈ ਇੱਥੇ ਕਿਧਰੇ ਲਾਵਣ ਗਏ ਉਹਨੇ ਤਾਂ ਉਹ ਸਾਹਮਣੇ ਲੰਗਦਾ ਨਾ ਜਿੱਥੇ ਮਾਈਆਂ ਖੜੀਆਂ। ਅੱਛਾ ਫਿਰ ਉੱਥੇ ਉਹ ਚਲੋ ਮੈਂ ਰੋਟੀਆਂ ਰੱਖ ਕੇ ਨਾ ਫਿਰ ਵੀ ਜਾ ਕੇ ਜਿਹੜਾ ਪਤਾ ਕਰਨੀ ਆ ਜਾ ਫਿਰ ਕਿਉਂਕਿ ਜਿਹੜਾ ਹਾਂ ਦੇਰੀ ਬਣੀ ਖੋਤੀ ਇਹਦੇ ਜ਼ਿਆਦਾਤਰ ਮੈਨੂੰ ਜਿਹੜਾ ਡਰ ਜਿਹਾ ਲੱਗਦਾ ਪਿਆ, ਕਿਉਂਕਿ ਅੱਧੇ ਜਿਹੜਾ ਬਿੱਲੋ ਹੋਰਾਂ ਦੀ ਉੱਤੋਂ ਜਿਹੜਾ ਟਾਹਲੀ ਦੇ ਤਾਰ ਜਿਹੜਾ ਲੰਘ ਕੇ ਆਈ ਹੋਈ ਤਾਂ ਉਹਨਾਂ ਨੂੰ ਕਿਧਰੇ ਰਾਤ ਨੂੰ ਡੇਗ ਪਵੇ ਕਿਸ ਵਕਤ ਹੀ ਡੇਗ ਪਿਓ ਕੋਹਦੇ ਉੱਤੇ ਜਿਹੜਾ ਕਰੰਟ ਹੈਗਾ ਅਤੇ ਤਾਂ ਦੀ ਪਰ ਜਾ ਫਿਰ ਡਰ ਲੱਗਦਾ। ਅਤੇ ਤੁਸੀਂ ਮੁੜ ਅੱਬੇ ਦਿਨ ਜਾ ਫਿਰ ਜਿਹੜਾ ਉੱਕਾ ਲੈ ਕੇ ਆ ਗਿਆ ਉਹ ਵਾਲਾ ਤਾਰ ਕੇ ਜਿਹੜਾ ਪੁੱਜ ਜਿਹੜਾ ਉੱਥੇ ਰਾਤ ਆਗ ਹੋਣੇ ਤੂੰ ਵੇਖ ਲਓ ਕਿਵੇਂ ਨਿਕਲਦੀ ਅਤੇ ਕਿੱਥੇ ਜਿਹੜਾ ਕੱਢ ਕੇ ਅਤੇ ਅੱਬੇ ਦਿਨ ਜਿਹੜਾ ਉਹਨਾਂ ਤਾਂ ਸਿਲੰਡਰ ਅਤੇ ਸਵੇਰਾ ਰੂਹ ਨੇ ਸਾਲਣ ਜਿਹੜਾ ਬਣਾਇਆ ਹੈਗਾ ਤੇ ਉਧਰ ਆ ਕੇ ਮੰਮਾ ਸੈਨ ਆ ਕੇ ਕੋਈ ਕਰਨਾ ਜਿਹੜਾ ਮੋਰੀ ਇਹ ਲੋਕ ਇੰਤਜ਼ਾਮ ਕਰਨਾ ਹੈ ਤੇ ਜਿਹੜਾ ਔਖੀ ਹੈ ਜਾ ਫਿਰ ਮੈਂ ਤਾਂ ਨਹੀਂ ਨਿਕੋਲੇ ਨੂੰ ਆ ਪਹਿਲਾਂ ਕਪੜਾ ਵਾਲ ਕੇ ਤੇਂਦੇ ਨਹੀਂ ਕਾਲ ਲੈ ਨਹੀਂ ਤਾਂ ਮੇਰੇ ਤਾਂ ਆਪ ਮੁੰਡਾ ਨਹੀਂ ਸੀ ਜਾਂ